ਕਰਾਂਗੇ ਜੀ ਕਿ ਕੋਈ 70-75 ਸਾਲ ਦਾ ਬਜ਼ੁਰਗ ਹੈ ਜਿਹਨੇ ਸਾਰੀ ਉਮਰ ਆਪਣੇ ਪਿੰਡਾਂ 'ਚ ਹੁੰਦਾ ਨਾ, ਵੀ ਉਹਨੇ ਬੜੀ ਜ਼ਮੀਨ ਜੋੜੀ, ਬੜਾ ਵੱਡਾ ਘਰ ਪਾਇਆ, ਮਹਿੰਗੀਆਂ ਕਾਰਾਂ, ਧੀਆਂ, ਪੁੱਤ ਪੋਤੀ, ਹੈ ਨਾ, ਦੋਹਤੇ ਦੋਹਤੀਆਂ ਸਭ ਖੇਡਦਾ, ਅਤੇ ਪਿੰਡ ਵਾਲੇ ਹਮੇਸ਼ਾ ਕਹਿੰਦੇ ਬਈ ਨਾਜਰ ਸਿੰਘ ਬੜੀ ਮਿਹਨਤ ਕੀਤੀ ਆ, ਬਹੁਤ ਜੋੜਿਆ। ਉਹ ਬਜ਼ੁਰਗ ਕਹਿੰਦੇ ਫਿਰ 70-75 ਸਾਲ ਦਾ ਹੋ ਕੇ ਨਾ ਇੱਕ ਗੱਲ ਕਹਿੰਦਾ ਪਿੰਡ ਦੇ ਲੋਕਾਂ ਨੂੰ, ਕਹਿੰਦਾ ਪਿੰਡ ਦੇ ਲੋਕਾਂ ਨੂੰ ਕਹਿੰਦਾ ਪਤਾ ਮੈਥੋਂ ਕੀ ਗਲਤੀ ਹੋਈ, ਲੈ ਭਾਈ ਤੂੰ ਵੀ ਸੁਣਨ ਜਾਣਾ, ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ ਹੋ ਜਿਹੜਾ ਨਾਲ ਨਹੀਂ ਜਾਣਾ। ਮੈਂ 100 ਵੀ ਜੋੜਿਆ, ਫਿਰ 100,000 ਵੀ ਜੋੜਿਆ, ਜੋੜ ਤਾਂ ਕਈ ਕਰੋੜ ਲਏ, ਦੁਨੀਆਂ ਵਿੱਚ ਮੈਂ ਕਈ ਥਾਂ ਜੁੜ ਗਿਆ, ਪਰ ਅੰਦਰੋਂ ਨਾਤੇ ਤੋੜ ਲਏ। ਭੱਜਦਾ ਭੱਜਦਾ ਭੁੱਲ ਮੈਂ ਬੈਠਾ, ਉਹਨੇ ਜੋ ਦੇਣਾ ਉਹ ਹੀ ਖਾਣਾ। ਤਾਂ ਲਾਸਟ 'ਤੇ ਕਹਿੰਦਾ ਆ ਗਈ ਚਿੱਠੀ, ਆਵਾਜ਼ ਪੈ ਗਈ, ਅਤੇ ਮੈਂ ਰੋ ਰੋ ਕਰੀ ਤਿਆਰੀ, ਬੰਨੀ ਗੱਠੜੀ ਮੈਂ ਚੁੱਕਣ ਲੱਗਾ, ਉਹਨੇ ਪਰੇ ਵਗਾ ਕੇ। ਗੱਠੜੀ ਵਿੱਚ ਪਰਿਵਾਰ ਸੀ ਮੇਰਾ, ਬਹੁਤ ਵੱਡਾ ਘਰ ਬਾਰ ਸੀ ਮੇਰਾ, ਇਕੱਲਾ ਇਕੱਲਾ ਯਾਰ ਸੀ ਮੇਰਾ, ਸੱਚ ਜਾਣਿਓ ਸੰਸਾਰ ਸੀ ਮੇਰਾ, ਪਰ ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ, ਮੈਨੂੰ ਇਹ ਨਹੀਂ ਲਾਂਭੂ ਲਾਣਾ, ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ, ਜਿਹੜਾ ਨਾਲ ਨਹੀਂ ਜਾਣਾ ਹੈ, ਇਹ ਮੇਰੇ ਵਰਗੇ।